ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲ ਆਈਕਨ। ਲਾਲਚ ਦੇ ਕੇ, ਪੈਸੇ ਦਾ ਲਾਲਚ ਦੇ ਕੇ, ਵਿਦੇਸ਼ ਭੇਜਣਾ ਝਾਂਸਾ ਦੇਣ ਦਾ ਲਾਲਚ ਦੇ ਕੇ, ਬਾਰਡਰ ਏਰੀਆ ਖਾਸ ਕਰਕੇ ਸਾਡੇ ਦਲਿਤ ਭਾਈਚਾਰੇ ਨੂੰ ਖਾਸ ਕਰਕੇ ਬੜੇ ਪ੍ਰੋਗਰਾਮ ਦੇ ਦੇ ਕੇ ਇਹ ਲੋਕ ਸਾਡਾ ਧਰਮ ਪਰਿਵਰਤਨ ਕਰ ਰਹੇ ਆ। ਪੈਸਾ ਪੈਸਾ ਜੀ ਪੈਸਾ, ਪੈਸਾ ਇਕੱਠਾ ਕਰਦੇ ਆ, ਉਹ ਫ੍ਰੀ ਇਲਾਜ ਨਹੀਂ ਕਰ ਰਹੇ। ਮਿਲ ਕੇ ਜਿਹੜੇ ਧਰਮ ਪਰਿਵਰਤਨ ਸਾਡੇ ਭਾਈਚਾਰੇ ਤੋਂ ਜਾ ਚੁੱਕੇ ਆ, ਮਿਲ ਕੇ ਜਾ ਕੇ ਅਸੀਂ ਉਹਨਾਂ ਦੀ ਘਰ ਵਾਪਸੀ ਲਾਲਚ ਦੇ ਕੇ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ। ਇਸ ਮੁੱਦੇ ਨੂੰ ਲੈ ਕੇ ਆਪਾਂ ਅੱਜ ਡਿਬੇਟ ਵੀ ਕੀਤੀ ਸੀ, ਜਿਸਦੇ ਵਿੱਚ ਨਿਸ਼ਾਂਤ ਸ਼ਰਮਾ ਜੋ ਕਿ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਸੀ, ਉਹ ਵੀ ਸ਼ਾਮਲ ਹੋਏ ਸੀ। ਹਾਲਾਂਕਿ ਸਾਡੇ ਸਵਾਲ ਉਹਨਾਂ ਨੂੰ ਕੁਝ ਚੁਭੋ ਨਹੀਂ ਲੱਗੇ ਤੇ ਉਹ ਸਾਡੀ ਜਿਹੜੀ ਡਿਬੇਟ ਹੈ ਵਿੱਚੋਂ ਹੀ ਛੱਡ ਕੇ ਚੱਲ ਗਏ ਸੀ। ਪਰ ਸਾਡਾ ਕੰਮ ਹੈ ਨਿਰਪੱਖ ਪੱਤਰਕਾਰੀ ਕਰਨਾ, ਇਸ ਕਰਕੇ ਆਪਾਂ ਸਾਰੀ ਭਾਈਚਾਰੇ ਦਾ ਪੱਖ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਆਖਿਰਕਾਰ ਨਿਸ਼ਾਂਤ ਸ਼ਰਮਾ ਦੇ ਜਿਹੜੇ ਇਲਜ਼ਾਮ ਸੀ ਉਹਨਾਂ ਦੇ ਉੱਤੇ ਈਸਾਈ ਭਾਈਚਾਰੇ ਦਾ ਕੀ ਕਹਿਣਾ। ਸਾਡੇ ਨਾਲ ਮੌਜੂਦ ਹੋਏ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਮੀਤ ਪ੍ਰਧਾਨ ਸਨਾਵਰ ਭੱਟੀ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜੀ ਭੱਟੀ ਜੀ, ਇੱਕ ਇੰਟਰਵਿਊ ਜਿਹੜਾ ਵਾ ਡਿਬੇਟ ਇੰਟਰਵਿਊ ਆਪਾਂ ਚਲਾਇਆ ਸੀ, ਤੁਸੀਂ ਵੀ ਦੇਖਿਆ ਹੋਗਾ, ਜਿਸ ਦੇ ਵਿੱਚ ਇਹ ਕਿਹਾ ਗਿਆ ਵਾ ਕਿ ਧਰਮ ਪਰਿਵਰਤਨ ਜਿਹੜਾ ਵਾ ਕਰਵਾਇਆ ਜਾ ਰਿਹਾ, ਜਿਹੜਾ ਈਸਾਈ ਭਾਈਚਾਰੇ ਵੱਲੋਂ ਵੱਡੇ ਸੱਦਰ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ। ਧਰਮ ਸੰਸਦ ਦੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਜੇ ਇਹ ਧਰਮ ਪਰਿਵਰਤਨ ਨਹੀਂ ਰੋਕਿਆ ਗਿਆ ਤੇ ਉਹ ਵੱਡੇ ਸੱਦਰ ਦੇ ਇੱਕ ਮੁਹਿੰਮ ਖੇਡਣਗੇ। ਤੁਹਾਡਾ ਵੀ ਕਹਿਣਾ ਕਿ ਵਾਕਈ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ? ਇਹ ਸਾਰੇ ਆਰੋਪ ਜੀ ਸ਼ੁਰੂ ਤੋਂ ਹੀ ਲੱਗਦੇ ਆ ਰਹੇ ਨੇ ਤੇ ਬੇਬੁਨਿਆਦ ਆਰੋਪ ਨੇ। ਇਹੋ ਜਿਹਾ ਅੱਜ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕਿ ਜਿਹਦੇ ਵਿੱਚ ਇਹ ਚੀਜ਼ ਸਾਹਮਣੇ ਜਾਂ ਪੁਲਿਸ ਦੇ ਕੋਲ ਆਈ ਹੋਵੇ ਜਾਂ ਕਿਤੇ ਆਇਆ ਕਿ ਮੇਰਾ ਧਰਮ ਪਰਿਵਰਤਨ ਕਰਾਇਆ, ਇਹ ਸਾਰੇ ਆਰੋਪ ਬੇਬੁਨਿਆਦ ਹੈ। ਇੱਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਕਿਤੇ ਨਾ ਕਿਤੇ ਜਿਹੜਾ ਵਾ ਜਿਹੜੇ ਕੰਮ ਕੀਤੇ ਜਾ ਰਹੇ, ਆਪਾਂ ਸਵਾਲ ਚੱਕਿਆ ਸੀ ਕਿ ਆਖਿਰਕਾਰ ਈਸਾਈ ਮਿਸ਼ਨਰੀਆਂ ਵੱਲੋਂ ਕਈ ਸਕੂਲ ਚਲਾਏ ਜਾ ਰਹੇ ਨੇ, ਹਸਪਤਾਲ ਚਲਾਏ ਜਾ ਰਹੇ ਨੇ, ਉਹਨਾਂ ਦੇ ਵਿੱਚ ਜਿਹੜਾ ਵਾ ਉਹਨਾਂ ਦਾ ਮਕਸਦ ਸਮਾਜ ਸੇਵਾ ਕਰਨਾ। ਪਰ ਸ਼ਿਵ ਸੈਨਾ ਹਿੰਦ ਦੇ ਜਿਹੜੇ ਪ੍ਰਧਾਨ ਉਹਨਾਂ ਦਾ ਇਲਜ਼ਾਮ ਸੀ ਕਿ ਨਹੀਂ ਇਹ ਸਭ ਕੁਝ ਪੈਸੇ ਪਿੱਛੇ ਹੋ ਰਿਹਾ, ਕਿੰਨਾ ਕੁ ਤੁਹਾਡਾ ਜਿਹੜਾ ਕਮਾਈ ਹੈ ਉਹ ਕਰ ਰਿਹਾ? ਕ੍ਰਿਸ਼ਨ ਮੈਡੀਕਲ ਕਾਲਜ CMC ਲੁਧਿਆਣਾ, ਅੱਜ ਤੁਸੀਂ ਉੱਥੇ ਜਾ ਕੇ ਗਵਰਨਮੈਂਟ ਔਰ ਗੂਗਲ ਦਾ ਜ਼ਮਾਨਾ ਵਾ, ਗਵਰਨਮੈਂਟ ਦਾ ਜ਼ਮਾਨਾ, RTA ਦਾ ਜ਼ਮਾਨਾ, ਤੁਸੀਂ ਉਹਨਾਂ ਦੀ ਕਾਰ ਦੇ ਕੋਲ ਜਾਂਚ ਕਰ ਸਕਦੇ ਹੋ। CMC ਹਸਪਤਾਲ ਇਸ ਟਾਈਮ 150 ਤੋਂ 200 ਕਰੋੜ ਦੇ ਘਾਟੇ ਦੇ ਵਿੱਚ ਆ ਗਏ। ਸਾਡਾ ਇੱਕ ਯੂਨਾਈਟਿਡ ਕ੍ਰਿਸਚਨ ਇੰਸਟੀਚਿਊਟ ਹੈਗਾ ਸੁਰਵਾਸੀ ਦੇ ਵਿੱਚ, ਉਹਦੇ ਉੱਤੇ 1.5 ਤੋਂ 2 ਕਰੋੜ ਰੁਪਏ ਦਾ ਕਰਜ਼ਾ ਆਇਆ ਲੋਨ। ਹੁਣ ਜੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਹੋਰ ਕਈ ਇਹੋ ਜਿਹੀਆਂ ਵੀ, ਜੇ NGO ਦੀ ਗੱਲ ਕਰਦੇ, ਮਦਰ ਟੀਰੇਸਾ ਆਸ਼ਰਮ ਹੈ, ਤੁਸੀਂ ਉੱਥੇ ਜਾ ਕੇ ਦੇਖੋ ਆਸ਼ਰਮ ਕਿਸ ਤਰੀਕੇ ਨਾਲ ਚੱਲਦਾ ਪਿਆ ਵਾ। ਉਸ ਆਸ਼ਰਮ ਦੇ ਵਿੱਚ ਉਹ ਜਿਹੜੇ ਬੱਚੇ ਲੋਕ ਵਿਚਾਰੇ ਕੋਈ ਛੱਡ ਜਾਂਦੇ ਆ, ਕਈ ਅਪਾਹਜ ਬੱਚੇ ਨੇ ਜਿਨ੍ਹਾਂ ਨੂੰ ਉੱਥੇ ਸੇਵਾ ਦਿੱਤੀ ਜਾ ਰਹੀ ਆ, ਉਹ ਜਿਹੜਾ ਕੰਮ ਆ ਇਹ ਕ੍ਰਿਸ਼ਨ ਸਮਾਜ ਇਹ ਕੰਮ ਕਰਦਾ ਵਾ। ਬਾਕੀ ਜੇ ਰਹੀ ਗੱਲ ਪੈਸਾ ਕਮਾਉਣ ਦੀ ਮਿਆਰ ਦੀ, ਤੇ ਜਿਹੜਾ ਆਮ ਘੱਟ ਦੇ ਵਿੱਚ ਕਮਾਈ ਕਿੱਥੇ ਆ? ਕੁਝ ਦਿਨ ਪਹਿਲਾਂ ਇੱਕ ਹੋਰ ਮਾਮਲਾ ਚਰਚਾ ਦੇ ਵਿੱਚ ਆਇਆ ਸੀਗਾ ਕਿ ਭਾਰੀ ਮਾਤਾ ਇੱਕ ਕਰੋੜ ਰੁਪਇਆ ਜਲੰਧਰ ਦੇ ਵਿੱਚ ਜਿਹੜਾ ਵਾ ਫੜਿਆ ਗਿਆ ਸੀ, ਉਸ ਕੰਮ ਨੂੰ ਵੀ ਲੈ ਕੇ ਬੜੇ ਸਵਾਲ ਚੱਕੇ ਜਾ ਰਹੇ ਨੇ ਕਿ ਇੰਨਾ ਪੈਸਾ ਜਿਹੜਾ ਕਮਾਇਆ ਜਾ ਰਿਹਾ, ਆਖਿਰਕਾਰ ਕਿਤੇ ਨਾ ਕਿਤੇ ਤਾਂ ਕੋਈ ਗੱਲ ਹੋਏਗੀ, ਅੱਗ ਲੱਗਦੀ ਹੈ ਤੋਂ ਆਉਂਦਾ। ਦੇਖੀ ਜੀ, ਇਹਦੇ ਵਿੱਚ ਅੱਗ ਲੱਗਣ ਦਾ ਕਹਿੰਦਾ ਸਵਾਲ, ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਆਪਣਾ ਚੈਨਲ ਚਲਾਉਂਦੇ ਪਏ ਆ ਤੇ ਅਗਰ ਤੁਹਾਡਾ ਇਹਦੇ ਵਿੱਚ ਸਟਾਫ ਹੈਗਾ ਵਾ, ਤੁਸੀਂ ਸਟਾਫ ਨੂੰ ਸੈਲਰੀ ਵੀ ਦਿਓ। ਹੁਣ ਜੇ ਇੱਕ ਚੀਜ਼ ਇਹ ਆ, ਜੇ ਸ਼ਿਕਸ਼ਾ ਦਾ ਮਤਲਬ ਸ਼ਿਕਸ਼ਾ ਵੰਡ ਰਹੇ ਆ, ਉਹ ਸ਼ਿਕਸ਼ਾ ਦੀ ਵੱਡੀ ਜਾਏਗੀ, ਵੱਡੀ ਜਾਏਗੀ ਕਿੱਦਾਂ? ਉਹ ਆਫਟਰ ਆਲ ਉਹਨੂੰ ਛੁਪਾਇਆ ਜਾਏਗਾ, ਉਹਦੀਆਂ ਬੁੱਕਸ ਛਪਣਗੀਆਂ, ਹਰ ਚੀਜ਼ ਹੋਏਗੀ। ਔਰ ਜੇ ਉਹਦੇ ਵਿੱਚੋਂ ਬੱਚਿਆਂ ਨੂੰ ਫੀਸ ਆਉਂਦੀ ਆ ਤੇ ਉਹ ਬੱਚਿਆਂ ਦੇ ਉੱਤੇ ਉਹਨਾਂ ਦੇ ਸੁਨਹਿਰੇ ਕੋਲ ਬਣਾਉਣ ਦੇ ਲਈ ਲਗਾਈ ਜਾਂਦੀ ਆ, ਔਰ ਜਿਹੜਾ ਪੈਸਾ ਆ ਉਹਦੀ ਜਾਂਚ ਜਿਹੜੀ ਆ ਉਹ ਪੁਲਿਸ ਨੇ ਕਰ ਵੀ ਲਿੱਤੀ ਆ। ਈਵਨ ED ਨੇ ਹਰੇਕ ਚੀਜ਼ ਦੀ ਜਾਂਚ ਕੀਤੀ ਆ, ਉਹਦੇ ਵਿੱਚ ਕਿੱਥੇ ਗਲਤ ਪਾਈ ਗਈ ਮੇਰੀ ਗੱਲ ਦੱਸੋ।
देखो कितने कितने जरा वह एक गल बड़ी पुरानी कई बार सामने भी आती है अभी धर्म परिवर्तन जो इंजाम के घेरे अक्सर यह गल चकी जाती है। तुम एक गल दसो कि आखिरकार ऐसा की है ईसाई धर्म के बहुत ज्यादा जो लोग है वो जुड़े हैं क्या भी जा रहे हैं कितने कितने लालच देकर धर्म परिवर्तन करवा पर साहब मैं तुम जो पहला भी कहा भी गूगल या गवर्नमेंट के पेपर साढ़िया बातें तुम अब मोबाइल के बड़े चैक करके देखो अभी तो 1.1% रह गए साडा का धर्म परिवर्तन साडा अमृत अपो दूसरी गल यह चीज है जे असी जे साडे लोग जुड़ रहे हैं आ रहे हैं देखो आस्था किसी ने भी किसी के जुड़ सकती है लेकिन बेसिकली जो धर्म परिवर्तन की गल हैगी है यह ना तो कोई मुद्दा है वो उल्टा साडा हो गया वा परिवर्तन असी दिन ब दिन कटी जा रहे हैं गवर्नमेंट के कार्यों में जो कि साढ़े लिए चिंता का विषय है असी मतलब धर्म परिवर्तन वाले पास का यह तो ख्याल ही नहीं ना है कि धर्म परिवर्तन कर रहे जे धर्म परिवर्तन कराइए तो भाई साहब आंकड़े के भी तो अस बढ़िए आंकड़े तो माइनस आ रहे हैं परिवर्तन साडा हो रहा वा या असं कर रहे हैं आखिरकार ईसाई भाईचारे उपलब्धियां हैं समाज के बारे मामले में जी आप देखिए क्वेश्चन मेडिकल कॉलेज से जोड़ा कि सेहत सुधर सेहत सुधार दे रहे हो तुम शिक्षा स्तर के उत्ते देख लो ईसाइयों के बच्चे नहीं ज्यादा पढ़ते वो हर कास्ट हर धर्म का बच्चा पढ़ता है ईसाई धर्म जो हमेशा शांति का प्रतीक है जोड़ा जोड़ा कि मतलब जो साढ़े धर्म का एक मेन एम्बलम आ मेन साड़ा थीम आ वह शांति का प्रतीक है और सेवा का प्रतीक है अज मदर टीसा आश्रम के जाकर देख लो उत्थे सेवा कि बच्चों की होनी अज की डेट से मैं एक चीज कहना मेरी साहब असं अपने बच्चा बच्चे तो अलावा जे किसी के दूसरे के बच्चे ने कुछ यहोजा गलत कर दिता कोई मतलब चाहे उन्हें कोई पेशाब वगैरह करते तो अं चुप जाते भी हाँ छोटा जहा बच्चा साढ़े कि लेकिन उत्थे किस तरीके मिशनरीज किस तरीके काम करते पे है ये उत्थे देखना ही पड़ता था एक होर इंजाम लगा निशांत शर्मा का इंजाम है कि विदेश भेजने का इजाजा दिता जाता है पैसों का लालच दिता जाता होर वक् वक् तरीके के लालच दिए जाते हैं धर्म परिवर्तन करवाने वास्ते कितनी सच्चाई है की जवाब है मेरी एज 41 साल है मैं नॉन क्रिश्चियन मेरा ब्रदर ओनली एज 35-36 है वो बहुत क्रिश्चियन है आपके पिता देश पैदा होया क्रिश्चियन घर च अमेरिका का वीजा तो रिफ्यूज हो गया अगर असं लालच बाहर देते हो तो साढ़े अपने वीजा सीधा रिफ्यूज हो गए नंबर नंबर दो गल यह जिदा मैं कह रहा झूठिया के बेबर यह चीजा स्टेंज करके लिया दिखा सानू दिखाण भी यह चीजा गलत कर रहे हैं बाकी ये यहोनी कोई सच्चाई नहीं हैगी चीजा जो कह रहे हैं भी ये स्टेंज है ये लालच वा ये दे रही है बाहर चुकन का तो असं भी तुम लोग बंदे लिया के दिखावे आज भी ये बंदे जो पिछले तुम देश आए हैं इन्होंने पूछ लो कि इन्होंने लालच में तुम लोग होगी अगर दस ਸਾਡੇ ਨਾਲ ਪਾਸਟਰ ਐਂਥਨੀ ਵੀ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਹਾਂ ਕਿ ਆਖਿਰਕਾਰ ਅਜਿਹੀ ਜਿਹੜੀ ਗੱਲ ਕਿਉਂ ਸਾਹਮਣੇ ਆਉਂਦੀ ਹੈ ਵਾਰ ਵਾਰ ਕਿ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ ਤੇ ਜੀ ਆਖਿਰਕਾਰ ਕਿਉਂ ਵਾਰ ਵਾਰ ਗੱਲ ਸਾਹਮਣੇ ਆਉਂਦੀ ਹੈ ਕਿਉਂ ਇਲਜ਼ਾਮ ਲੱਗਦਾ ਇਹ ਲਾਲਚ ਦੇ ਕੇ ਕਿਸੇ ਨੂੰ ਕੋਈ ਲਾਲਚ ਦੇ ਕੇ ਧਰਮ ਪਰਿਵਰਤਨ ਨਹੀਂ ਕਰਦੇ ਕੋਈ ਵੀ ਸਾਨੂੰ ਇਦਾਂ ਦਾ ਕੋਈ ਸਬੂਤ ਦੇ ਦੇਵੇ ਕੋਈ ਵੀ ਇਦਾਂ ਦਾ ਸਾਡੇ ਕੋਲ ਇਨਸਾਨ ਖੜਾ ਕਰ ਦੇਵੇ ਜਿਹਨੂੰ ਵੀ ਕੋਈ ਕਿਸੇ ਵੀ ਪ੍ਰਤੀ ਕਿਸੇ ਵੀ ਚੀਜ਼ ਦਾ ਲਾਲਚ ਦਿੱਤਾ ਜਾਵੇ ਅਸੀਂ ਕਿਸੇ ਨੂੰ ਵੀ ਲਾਲਚ ਨਹੀਂ ਦਿੰਦੇ ਕੋਈ ਵੀ ਇਦਾਂ ਦਾ ਤੁਹਾਨੂੰ ਜੇ ਇਨਸਾਨ ਮਿਲਦਾ ਆ ਉਹ ਸਾਹਮਣੇ ਆ ਕੇ ਸਾਨੂੰ ਦੱਸੇ ਕਿ ਸਾਨੂੰ ਆਹ ਚੀਜ਼ ਦਾ ਲਾਲਚ ਦਿੱਤਾ ਗਿਆ ਕਿਸੇ ਨੂੰ ਵੀ ਲਾਲਚ ਨਹੀਂ ਦਿੱਤਾ ਜਾਂਦਾ ਸਿਰਫ ਇੱਕ ਪ੍ਰਭੂ ਯੇਸ਼ੂ ਮਸੀਹ ਦੇ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਆ ਉਹ ਪ੍ਰਚਾਰ ਦੁਆਰਾ ਲੋਕ ਚੰਗੇ ਹੁੰਦੇ ਆ ਜਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਨਸ਼ਾ ਜੋ ਕਰਦੇ ਆ ਨਸ਼ੇ ਦੀ ਗੁਲਾਮੀ ਚੋਂ ਬਾਹਰ ਨਿਕਲਦੇ ਆ ਤੇ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਬਦਲਦੀ ਆ ਨਰਚੀ ਕਰ ਲਿਆ ਕਿ ਉਹ ਵਿਸ਼ਵਾਸ ਦੇ ਵਿੱਚ ਆ ਜਾਂਦੇ ਪਰ ਆਖਿਰਕਾਰ ਤੇ ਬਾਰ ਬਾਰ ਇਹ ਗੱਲ ਕਿਉਂ ਜਿਹੜੀ ਹੈ ਨਿਸ਼ਾਨੇ ਦੇ ਤੁਹਾਨੂੰ ਲਿਆ ਜਾਂਦਾ ਕਿ ਤੁਸੀਂ ਧਰਮ ਪਰਿਵਰਤਨ ਕਰਵਾਉਂਦੇ ਜਿਹੜੇ ਧਰਮ ਇਹ ਨਿਸ਼ਾਨੇ ਲਿਆਉਂਦੇ ਹੋ ਥੋੜੇ ਆਪਣੇ ਆਪਣੇ ਆਪ ਨੂੰ ਦੋਸ਼ ਲਾ ਕੇ ਆਪਣੇ ਆਪ ਨੂੰ ਉੱਚਾ ਚੱਕਣਾ ਚਾਹੁੰਦੇ ਹੋ ਸਾਡੀ ਕੌਮ ਦੇ ਉੱਤੇ ਦੋਸ਼ ਲਾਉਂਦੇ ਦੇ ਨਾਲ ਉਹ ਆਪਣੇ ਆਪ ਨੂੰ ਉਹ ਉੱਚਾ ਚੱਕਣਾ ਚਾਹੁੰਦੇ ਨਾਲੇ ਆਪ ਨੂੰ ਨਾਲੇ ਵੈਸੇ ਵੀ ਹੁਣ ਅਗਰ ਨਿਸ਼ਾਨ ਸ਼ਰਮਾ ਹੋਣਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤਾਂ ਵਿਵਾਦਾਂ ਦੇ ਵਿੱਚ ਰਹਿਣ ਦਾ ਸ਼ੌਕ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਕਈ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਉਹ ਆ ਜਾਂਦੇ ਆ ਹੁਣ ਬਾਕੀ ਜੇ ਇਹ ਗੱਲ ਕਰਦੇ ਪਏ ਆ ਵੀ ਕਿਸੇ ਵੀ ਕਿਸਮ ਦੀ ਵੀ ਸਾਡੇ ਨਾਲ ਧਰਮ ਪਰਿਵਰਤਨ ਦੀ ਇਹ ਆ ਉਹ ਅਸੀਂ ਕਹਿੰਦੇ ਹਾਂ ਕਿ ਸਾਹਮਣੇ ਲਿਆ ਕੇ ਦਿਖਾ ਸਟਿੰਗ ਕਰਕੇ ਲਿਆ ਕੇ ਦੇਣ ਤਾਂ ਫਿਰ ਅਸੀਂ ਉਸ ਚੀਜ਼ ਨੂੰ ਮੰਨਾਂਗੇ ਹਾਂ ਏਦਾਂ ਗੱਲਾਂ ਕਰਨੀਆਂ ਕੰਮ ਸਾਡੇ ਸੁਧਾਰ ਆਪਣੇ ਕੋਲ ਪੰਜ ਬੰਦੇ ਇਕੱਠੇ ਕੱਢੇ ਆਪਣੇ ਬੰਦੇ ਖੜੇ ਕਰਕੇ ਕਹਿ ਦਿੰਦਾ ਜੀ ਆਹ ਨਹੀਂ ਲੈ ਆਉਂਦਾ ਵਾ ਨਾ ਅਸੀਂ ਉਹ ਚਰਚਸ ਉਹਨਾਂ ਚਰਚਸ ਦੇ ਵਿੱਚੋਂ ਤੂੰ ਬੰਦਿਆਂ ਦੀ ਚਰਚਸ ਦੇ ਕੋਲ ਮੈਂਬਰਸ਼ਿਪ ਜੇ ਅੱਜ ਇਹਨਾਂ ਦੇ ਕੋਲ ਆ ਇਹਨਾਂ ਦੇ ਚਰਚ ਦੇ ਵਿੱਚ ਕਿੰਨੀ ਫੀਸ ਆ ਰਹੀ ਆ ਇਹਨਾਂ ਕੋਲ ਮੈਂਬਰਸ਼ਿਪ ਹੈ ਇਹਨਾਂ ਦੇ ਕੋਲ ਬਾਈ ਨਹੀਂ ਮਿਲ ਰਹੀ ਆ
चलो जो थोड़ी गल मान लेंगे कि आप लालच नहीं देंगे कुछ नहीं करते कितना कि वजह रहती है कि मान लो जी धर्म प्रवर्तन कोई बंदा करता वा ईसाई धर्म जाता वा और आकर्षण की वजह की आकर्षण अजिहा कि बंदा ईसाई धर्म वाल जो ध्यान केंद्रित किया जा रहा है। मैं निखिल जी कल तुहाडी जदों इंटरव्यू देखी ना ते मैं तुहाडी इंटरव्यू तो ना एक मैनूं तुहाडे दे विच एक जैनुइन और एक सच्चाई मिली और सच्चाई मैनूं इह दिखी कि तुसीं निरपक्षता दे नाल खड़े हो के उहनूं जवाब पुछे सवाल पुछे ते मैनूं तुसीं मैनूं तुहाडा कैरेक्टर अच्छा लगा। जे कोई किसे भी धर्म दे विच किसे भी जगह ते जांदा रहे जे उहनूं उह फॉलो करदा वा उहनूं पसंद करदा वा उहनूं अच्छी चीज लगदी उहदे विच कोई अच्छा चीज सिखण नूं मिलदा हुण जिहड़ा पास्सी दस रहे मैं कि कोई बंदा नशा छड़ गया वा कोई बंदा चोरी चकारी छड़ गया कोई बंदा अपने जिन्नी भी लाड़े पास छड़ गया वो चंगा लगता आप धर्म से उसके किसी कोई भी मारे साडा जिहड़ा इंडिया है ये कभी सैकुलर कंट्री है। बाबा साहब अंबेडकर जी का संविधान के यह है कि जोड़ा मर्जी जोड़े मर्जी धर्म मान सकता जिस संविधान तो उत्ते तक हो गया। निशान शर्मा के रूपा से जरा वा की जवाब है सीधा सीधा उन्होंने की जवाब उन्होंने जवाब मैं की देव जी चीज जी गल ही झूठ है उस गल का जवाब तो जोड़ा मतलब नहीं बनता लेकिन हाँ असी साढ़े को आए हो तुम क्रिश्चन भाईचारे को भी पूछना चाहते हैं अभी तुम्हें दसिया हाँ वो अपना सिंह लैके दिखा देवे सबू दिखावे कितने धर्म बरतर हो गया ठीक है जो नहीं है तो यह अपना जो धर्म सुरक्षा हर एक चीज का जो मर्जी करें सामू उस चीज का कोई मतलब नहीं लेकिन साढ़े धर्म को टारगेट करते तो जवाब तो फिर असं देना है। अच्छा कि एदा की कोई गल है कि ईसाई धर्म के प्रचार वास्ते कुछ एदा का निभावना तरीका वरता जाता है कि विदेश भेजेंगे या किसी का विवाह कर देंगे या कोई मदद कोई एदा आर्थिक आधार के उत्ते कोई भी मदद की जाती है या किस तरीके की मदद की जाती है। देखो जी एहोजा पहली पहली फर्स्ट ऑफ ऑल मैं लालच किसी चीज में कहूँ कि लालच से प्रलोभन है हम एक चीज है भाई साहब मैंने पता मेरा भरा है एक चर्च में चला रहा है मैं एक चीज पता लगी कि इस भरा की आर्थिक हालात ना अज इतनी माड़ी है प्रभु ने एक घर आया वा खुदा इतने वचन सुनता पा वो मैंने पता लग गया कि आ मेरा भरा यार परेशान है मैं कोई परेशानी है मैं लैके जाना यदि जेल च पैसा नहीं है तो जो मेरे को 2000 रुपया मैं 14 रुपये तो मैं दे भी दूंगा लै भाई भी अपना घर दिया राशन रुशन लिया गया हरेक चीज चला तो ये नॉलेज होगी ये एक है प्यार एक दिल साफ है कि तुम करते हो नॉलेज नहीं है कि जे आप लालच का जिदा वो कह रहे कि प्रमोटर दिते जा रहे हैं ये हो रहा कि तुम विदेश भेज देंगे मैं तुम खुद का मेरा ब्रदर आता तुम्हारा रिफ्यूज होगा मतलब ये चीज तो हो ही नहीं सकती मैं लालच का मिल नहीं सकता मैं सर एजेंसियां जुड़िया है जो अपना मान लो अंबैसी है दुनिया की अंबैसी क्यों ये चीज करनी है अंबैसी हर रोज क्रिश्चन आते हैं बड़े क्रिश्चन है जो कैथलिक्स के लिए सीएमआई चर्च ऑफ नॉर्थ इंडिया है बड़े अभी लोग जो रोज अंबैसी में जाते हैं क्रिसमस का मंथ जो शुरू होता है ना दिसंबर और पूरे वर्ल्ड में उस दिसंबर की मेरी बड़ी महत्ता होती है पर बड़े अफसोस की गल यह है इस बार जो दिसंबर है ना क्रिसमस का साड़ी क्रिश्चियन कम्यूनिटी वास्ते मतलब साड़ी वाले इस बार यहाँ मजाक भी किए गए ना पहला रविंद्र मोहन भारती सिंह उन्होंने वाला केस कच्ची तरीक प्रसारित होया उस तो बाद चो अपने अब जो कल परसों असरदार जी का मंजी साहब वाले का वह वाला क्रिसमस के मंथ के आ गया उस तो बाद नवी चीज शुरू निशांत शर्मा ने कर दी कि जो बंदा सबूत लगाएगा क्योंकि तुम भी हमने गल करके हटे हो कि जे कोई बंदा सबूत लैके आता सबूत वाले दस दिता उन्होंने इस करके इस गल का इनाम का ऐलान किया तुम कितों तक सही समझते हो कि जो मुद्दा उन्होंने धर्म पत्र चुका भाजी साढ़ा तो धर्म का प्रचार तो खुद करी जा रहे जे सा विरोधता कर रहे तो साढ़ा तो प्रचार वो कर रहे बाकी नहीं गल यह आने वाला समा वा भाजी ਤੁਸੀਂ ਵੀ ਉਹਨਾਂ ਨੂੰ ਕਿਹਾ ਵਾ ਕਿ ਨਿਸ਼ਾਨ ਜੀ ਇੱਕ ਸਾਲ ਦਾ ਟਾਈਮ ਦਿੱਤਾ ਜਾਂਦਾ ਵਾ ਤੇ ਅਸੀਂ ਇੱਕ ਸਾਲ ਤੋਂ ਛੱਡੋ ਆਪਾਂ ਇਹਨੂੰ ਫਿਊਚਰ ਸਾਰੇ ਟਾਈਮ ਦੇ ਦਿੰਦੇ ਹਾਂ ਇਹ ਸਾਨੂੰ ਇਹ ਲਿਆ ਕੇ ਦਿਖਾ ਦੇਣ ਜੇ ਸਾਡੇ ਵਿੱਚ ਵੀ ਕੋਈ ਇਹੋ ਜਿਹਾ ਬੈਠਾ ਹੋਊਗਾ ਬੰਦਾ ਸਾਨੂੰ ਵੀ ਤਾਂ ਪਤਾ ਲੱਗੇ ਕਿ ਕਿਹਦੇ ਕਰਕੇ ਸਾਡੀ ਪੂਰੀ ਕਮਿਊਨਿਟੀ ਹੋ ਰਹੀ ਆ ਬਾਕੀ ਭਾਜੀ ਕਿਸੇ ਨੂੰ ਫੋਲੋ ਕਰਨਾ
ਕਿਸੇ ਦੇ ਧਰਮ ਦੇ ਵਿੱਚ ਜਾਣਾ ਇਹ ਸਾਡਾ ਸੰਵਿਧਾਨ ਦਾ ਅਧਿਕਾਰ ਆ, ਸੰਵਿਧਾਨਿਕ ਅਧਿਕਾਰ ਆ। ਇਹਨੂੰ ਨਾ ਤਾਂ ਮੈਂ ਰੋਕ ਸਕਦਾ, ਨਾ ਤੁਸੀਂ ਰੋਕ ਸਕਦੇ, ਨਾ ਕੋਈ ਅਕਸਰ ਰੋਕ ਸਕਦਾ। ਅੱਛਾ, ਇੱਕ ਮੇਰਾ ਸਵਾਲ, ਜੇ ਮੰਨ ਲਓ ਮੈਂ ਚਰਚ ਆਉਣਾ ਚਾਹੁੰਦਾ ਜਾਂ ਕੋਈ ਵੀ ਬੰਦਾ ਚਰਚ ਆਉਣਾ ਚਾਹੁੰਦਾ ਰੂਟੀਨ ਦੇ ਵਿੱਚ, ਉਹਦੇ ਵਾਸਤੇ ਜ਼ਰੂਰੀ ਤਾਂ ਨਹੀਂ ਕਿ ਉਹ ਈਸਾਈ ਧਰਮ ਨੂੰ ਅਪਣਾ ਲਓ? ਜੀ ਨਹੀਂ, ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ ਕੋਈ ਆਵੇ। ਅੱਜ ਦੀ ਡੇਟ ਦੇ ਵਿੱਚ ਭਾਜੀ ਮੈਂ ਗੁਰਦੁਆਰਾ ਸਾਹਿਬ ਜਾਂਦਾ ਜੀ, ਮੈਂ ਉੱਥੇ ਜਾਵਾਂ, ਮੈਨੂੰ ਉਹਨਾਂ ਨੇ ਮੈਨੂੰ ਬਾਹਰ ਖੜੇ ਪਿਆਉਣਾ, ਮੈਨੂੰ ਕਿਹਾ ਭਾਜੀ ਪਟਕਾ ਬੰਨ ਲਓ ਤੇ ਅੰਦਰ ਜਾਓ ਜੀ। ਮੈਂ ਉੱਥੇ ਭਾਜੀ ਸਾਹ ਲੈ ਕੇ ਜਾਂਦਾ ਰਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ ਵੀ ਜਿਹੜੇ ਮਰਜ਼ੀ ਧਰਮ ਤੋਂ ਆਇਆ ਹੋਵੇ ਬੰਦਾ। ਲੇਕਿਨ ਅਗਰ ਮੈਂ ਉਸ ਧਰਮ ਦਾ ਪ੍ਰਚਾਰ ਜਦੋਂ ਕਰਨਾ ਨਾ ਜੀ, ਤਾਂ ਫਿਰ ਮੈਨੂੰ ਕਹਿਣਗੇ ਸਾਡੀ ਪੂਰੀਆਂ ਵਿਧੀਆਂ ਨੂੰ ਮੰਨ ਜੀ, ਪ੍ਰੋਪਰਲੀ ਬੈਪਟਾਈਜ਼ ਹੋ ਜੀ, ਫਿਰ ਤੂੰ ਬੈਪਟਾਈਜ਼ ਹੋਵੋਗੇ ਫਿਰ ਤੂੰ ਧਰਮ ਦਾ ਪ੍ਰਚਾਰ ਕਰ ਜੀ, ਅਦਰਵਾਈਜ਼ ਨਹੀਂ। ਮਤਲਬ ਉਹਦੇ ਵਿੱਚ ਭਾਜੀ ਜਾਣਾ, ਜਿਹੜਾ ਮਰਜ਼ੀ ਜਿਹੜੇ ਮਰਜ਼ੀ ਧਰਮ ਦੇ ਹੋਣ, ਮੈਨੂੰ ਅੱਛੀ ਲੱਗਦੀ ਹੈ ਚੀਜ਼, ਜੇ ਮੈਂ ਕਿਸੇ ਵੀ ਧਰਮ ਸਥਾਨ ਦੇ ਉੱਤੇ ਜਾ ਕੇ ਮੈਨੂੰ ਅੱਛਾ ਲੱਗਦਾ ਜਾਣਾ, ਤੇ ਮੈਂ ਜਾਂਦਾ ਵਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਉਹਦੇ ਵਿੱਚ ਨਾ ਕੋਈ ਮਨਾਹੀ ਆ, ਨਾ ਕੋਈ ਗੱਲ, ਨਾ ਕੋਈ ਉਹਦੇ ਵਿੱਚ ਤੁਹਾਨੂੰ ਲਾਲਚ ਵਾ, ਨਾ ਤੂੰ ਤੁਹਾਨੂੰ ਬੰਦਾ ਵੀ ਕਹਿਣਾ ਕਿ ਯਾਰ ਤੂੰ ਆ ਰਿਹਾ ਵਾਲੇ ਨਹੀਂ ਤੁਹਾਡੇ ਘਰੇ ਨਹੀਂ, ਜਾਂ ਤੁਹਾਨੂੰ ਇਹ ਲਾਲਚ ਨਹੀਂ ਦਊਗਾ, ਜਾਂ ਇੱਕ ਕੁਰਬੇ ਨੂੰ ਨਹੀਂ ਕਹੂਗਾ ਕਿ ਤੂੰ ਭਾਈ ਬਾਕੇ ਨੂੰ ਵੀ ਲੈ ਗਿਆ। ਇਹ ਚੀਜ਼ਾਂ ਮਤਲਬ ਕੋਈ ਆਧਾਰ ਨਹੀਂ। ਜਿਵੇਂ ਕਿ ਤੁਸੀਂ ਸੁਣਿਆ, ਆਪਾਂ ਈਸਾਈ ਭਾਈਚਾਰੇ ਦਾ ਪੱਖ ਵੀ ਰੱਖਿਆ ਹੈ, ਕਿਤੇ ਨਾ ਕਿਤੇ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਦੇ ਨੇ ਕਿ ਧਰਮ ਪਰਿਵਰਤਨ ਜਿਹੜਾ ਵਾ ਲਾਲਚ ਦੇ ਕੇ ਕੋਈ ਵੀ ਧਰਮ ਪਰਿਵਰਤਨ ਨਹੀਂ ਕਰਵਾਇਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਸ਼ਿਵ ਸੈਨਾ ਹਿੰਦ ਨੇ ਮੁੱਦਾ ਚੱਕਿਆ ਸੀਗਾ ਕਿ ਪੈਸਾ ਦੇ ਕੇ, ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ। ਅਸੀਂ ਵੀ ਉਹਨਾਂ ਨੂੰ ਆਪਣੀ ਡਿਬੇਟ ਦੇ ਵਿੱਚ ਕਿਹਾ ਸੀਗਾ ਕਿ ਚੁਣੌਤੀ ਦੇ ਰੂਪ ਦੇ ਵਿੱਚ ਕਿਹਾ ਸੀਗਾ ਕਿ ਜੇਕਰ ਅਜਿਹੀ ਗੱਲ ਹੈਗੀ ਕੋਈ ਨਾ ਕੋਈ ਸਟਿੰਗ ਸਾਹਮਣੇ ਲਿਆਂਦਾ ਜਾਏ। ਫਿਲਹਾਲ ਈਸਾਈ ਭਾਈਚਾਰੇ ਨੇ ਸਿੱਧੇ ਤੌਰ ਤੇ ਇਨਕਾਰ ਕੀਤਾ, ਉਹਨਾਂ ਨੇ ਕਿਹਾ ਕਿ ਇਹ ਸਿਰਫ ਮਨਗਣਤ ਗੱਲਾਂ, ਜੋ ਕੋਈ ਵੀ ਉਹਨਾਂ ਦੇ ਕੋਲ ਆ ਰਿਹਾ ਆਪਣੀ ਆਸਥਾ ਦੇ ਦਮ ਤੇ ਆ ਰਿਹਾ, ਕਿਉਂਕਿ ਸਾਡਾ ਜਿਹੜਾ ਦੇਸ਼ ਦੀ ਆਹੀ ਖਾਸੀਅਤ ਹੈ ਅਤੇ ਹਰ ਬੰਦੇ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦੀ ਆਜ਼ਾਦੀ ਹੈ। ਤੇ ਅਸੀਂ ਵੀ ਇੱਕ ਵਾਰੀ ਫੇਰ ਕਵਾਂਗੇ ਕਿ ਆਪਸੀ ਭਾਈਚਾਰਾ ਆਪਾਂ ਬਣਾ ਕੇ ਰੱਖੀਏ, ਕਿਉਂਕਿ ਹਿੰਦੂ ਮੁਸਲਿਮ ਸਿੱਖ ਤਾਈ ਆਪਸ ਵਿੱਚ ਭਾਈ ਭਾਈ, ਸਾਨੂੰ ਆਪਸ ਦੇ ਵਿੱਚ ਆਪਣਾ ਭਾਈਚਾਰਾ ਖਰਾਬ ਨਹੀਂ ਰੱਖਣਾ ਚਾਹੀਦਾ। ਧਰਮ ਕੋਈ ਵੀ ਹੋਵੇ ਇਨਸਾਨੀਅਤ ਦੇ ਧਰਮ ਨੂੰ ਪਹਿਲ ਦੇਣੀ ਚਾਹੀਦੀ ਹੈ। ਮੈਂ ਨਿਖਿਲ ਸ਼ਰਮਾ ਇੱਕ ਵਾਰ ਫੇਰ ਹਾਜ਼ਰ ਹੋਵਾਂਗਾ ਦੈਨਿਕ ਵੀਰ ਪੰਜਾਬੀ ਟੀਵੀ ਦੇ ਉੱਤੇ, ਤੇ ਇਸ ਮੁੱਦੇ ਦੇ ਉੱਤੇ ਆਪਾਂ ਈਸਾਈ ਭਾਈਚਾਰੇ ਦੇ ਹੋਰ ਲੋਕਾਂ ਨੂੰ ਵੀ ਮਿਲਾਂਗੇ ਕਿ ਆਖਿਰਕਾਰ ਉਹਨਾਂ ਲੋਕਾਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਧਰਮ ਪਰਿਵਰਤਨ ਕਿਉਂ ਕੀਤਾ, ਤਾਂ ਕਿ ਇਸ ਮੁੱਦੇ ਦੇ ਉੱਤੇ ਜੇ ਕੋਈ ਗਲਤ ਫਹਿਮੀ ਜਾਂ ਕੋਈ ਭ੍ਰਮਕ ਪ੍ਰਚਾਰ ਹੋਇਆ ਉਸ ਨੂੰ ਵੀ ਬਾਹਰ ਲਿਆਂਦਾ ਜਾ ਸਕੇ। ਮੈਂ ਨਿਖਿਲ ਸ਼ਰਮਾ ਇੱਕ ਵਾਰ ਫੇਰ ਤੁਹਾਡੇ ਅੱਗੇ ਹਾਜ਼ਰ ਹੋਵਾਂਗਾ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਰੋਹਿਤ ਮੈਦਾਨ ਦੇ ਨਾਲ ਜਲੰਧਰ ਤੋਂ ਨਿਖਿਲ ਸ਼ਰਮਾ ਦੀ ਰਿਪੋਰਟ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ ਐਮ ਕੇ ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ ਐਮ ਕੇ ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।